ਦੇ ਕਿਸਾਨਾਂ ਦੀ ਫਸਲ ਸੁੰਡੀ ਲੱਗਣ ਨਾਲ ਖਰਾਬ ਹੋ ਗਈ ਹੈ। ਸੁਖਪਾਲ ਸਿੰਘ ਜੀ ਕਿਹੜੇ ਪਿੰਡ ਦੇ? ਪਿੰਡ ਸਾਡਾ ਦੂਰ ਕੋਨਾ ਜੀ। ਕੀ ਗੱਲ ਹੋਈ ਹੈ ਜਿਹੜੀ ਫਸਲ ਜਿਹੜੀ? ਫਸਲ ਵੀਰ ਜੀ, ਸਰਕਾਰਾਂ ਕਹਿੰਦੀਆਂ ਨੇ ਵੀ ਜਿਹੜੀ ਪਰਾਲੀ ਆ ਉਹਨੂੰ ਨਾ ਅੱਗ ਲਾਈ ਜਾਵੇ, ਵੀ ਇਤਨਾ ਵਾਹ ਕੇ ਕਣਕ ਬੀਜੀ ਜਾਵੇ। ਇਹੋ ਜੀ ਇਤਨਾ ਪਰਾਲੀ ਵਿੱਚ ਵਾਹ ਕੇ ਕਣਕ ਬੀਜਤੀ ਹੈ ਜੀ। ਕਣਕ ਸਾਡੀ ਤੁਸੀਂ ਵੇਖ ਰਹੇ ਜੇ, ਕਣਕ ਸਾਡੀ ਹੋਈ ਨਹੀਂ ਆ, ਉੱਗੀ ਨਹੀਂ ਆ। ਜੇ ਕੋਈ ਮਾੜੀ ਮੋਟੀ ਉੱਗੀ ਆ ਉਹਨੂੰ ਸੁੰਡੀ ਖਾ ਗਈ ਜੀ, ਤੁਸੀਂ ਵੇਖ ਹੀ ਰਹੇ ਜੇ। ਅਸੀਂ ਇਹੋ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਜਿਹੜੀ ਗੱਲਬਾਤ ਸਾਡੀ ਸੁਣੇ ਅਤੇ ਸਾਡਾ ਜੋ ਬਣਦਾ ਹੈ ਉਹ ਸਾਨੂੰ ਦਿੱਤਾ ਜਾਵੇ। ਕੋਈ ਖੇਤੀਬਾੜੀ ਅਧਿਕਾਰੀ ਆਇਆ ਜੀ ਤੱਕ? ਵੀਰ ਜੀ ਕੋਈ ਖੇਤੀਬਾੜੀ ਅਧਿਕਾਰੀ ਨਹੀਂ ਆਇਆ ਇੱਥੇ। ਇਸ ਮੌਕੇ ਪੀੜਤ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਪਰਾਲੀ ਸਾੜਨ ਨੂੰ ਲੈ ਕੇ ਪਰਚੇ ਦਰਜ ਕਰ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਹੈਪੀ ਸੀਡਰ ਨਾਲ ਬੀਜੀ 28 ਕਿੱਲੇ ਕਣਕ ਸੁੰਡੀ ਲੱਗਣ ਨਾਲ ਖਰਾਬ ਹੋ ਗਈ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਪੱਟੀ ਤੋਂ ਹਰਜਿੰਦਰ ਸੰਧੂ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ? ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ। ਤਕਦੀਰ ਕਦੋਂ ਬਦਲੇਗੀ? ਸੱਚਾ ਪਿਆਰ ਮਿਲੇਗਾ ਜਾਂ ਨਹੀਂ? ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।